ਅੱਜ ਮੈਨੂੰ ਉੱਧਰ ਵਾਲਾ ਸ਼ਾਹਕੋਟ ਵੇਖਣ ਨੂੰ ਮਿਲ ਗਿਆ ਤੇ ਮੈਨੂੰ ਲੱਗਦਾ ਉੱਧਰ ਵਾਲਾ ਵੀ ਸ਼ਾਹਕੋਟ ਓਨਾ ਹੀ ਸੋਹਣਾ ਜਿੰਨਾ ਇੱਧਰ ਵਾਲਾ ਸੋਹਣਾ। ਮੂਵੀ ਦੇ ਨਾ ਜਿਹੜੇ ਡਾਇਲੋਗ ਸੀ ਬਹੁਤ ਜ਼ਿਆਦਾ ਸੋਹਣੇ ਸੀਗੇ, ਕਾਫੀ ਟਾਈਮ ਬਾਅਦ ਇਹ ਵਾਲੇ ਡਾਇਲੋਗ ਸੁਣਨ ਨੂੰ ਮਿਲੇ ਪਿਓਰ ਪੰਜਾਬੀ, ਜਿਨ੍ਹਾਂ ਦਾ ਕਿ ਅੱਜ ਕੱਲ੍ਹ ਜਨਰੇਸ਼ਨ ਨੂੰ ਕੋਈ ਮੀਨਿੰਗ ਹੀ ਨਹੀਂ ਪਤਾ ਗਾ। ਕਈ ਰਿਸ਼ਤੇਦਾਰ ਜਿਵੇਂ ਕਿ ਆਪਣੇ ਇੱਧਰ ਰਹਿੰਦੇ ਆ, ਕਈ ਉੱਧਰ ਰਹਿੰਦੇ ਆ, ਬਟ ਹੈ ਤਾਂ ਮਤਲਬ ਆਪਣੇ ਦਿਲਾਂ ਵਾਲਾ ਪਿਆਰ ਹੀ ਨਾ। ਦੀ ਦੂਰੀ ਹੋ ਸਕਦੀ ਪਰ ਦਿਲਾਂ ਦੀ ਦੂਰੀ ਨਹੀਂ ਹੁੰਦੀ। ਨਹੀਂ, ਜਿਹੜੇ ਪੁਰਾਣੇ ਵਿਛੜੇ ਹੋਏ ਹੈਗੇ ਆ ਉੱਧਰ ਦੀਆਂ ਰੂਹਾਂ ਉੱਧਰ ਆਉਣ ਨੂੰ ਤਰਸਦੀਆਂ, ਇੱਧਰ ਦੀਆਂ ਉੱਧਰ ਜਾਣ ਨੂੰ ਤਰਸਦੀਆਂ ਨੇ, ਤਾਂ ਮਤਲਬ ਇਹ ਸਮਝੌਤਾ ਕੁਛ ਨਾ ਕੁਛ ਹੋ ਜਾਣਾ ਚਾਹੀਦਾ, ਬਾਰਡਰ ਖੁੱਲ੍ਹ ਜਾਣੇ ਚਾਹੀਦੇ ਆ, ਲੜਾਈਆਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ ਅਤੇ ਪਿਆਰ ਨੂੰ ਆਪਾਂ ਅੱਗੇ ਲੈ ਕੇ ਜਾਈਏ, ਜਾਂ ਕਿ ਨਫ਼ਰਤ ਨੂੰ। ਬਹੁਤ ਜ਼ਿਆਦਾ ਸੋਹਣੀ, ਉਹਦੇ ਵਿੱਚ ਮਤਲਬ ਕਿ ਨਾ ਐਵੇਂ ਖੜ ਮਿਲਦਾ ਵੀ ਆਪਣਾ ਦੂਸਰਾ ਪੰਜਾਬ ਵੀ ਉਹ ਵੀ ਆਪਣਾ ਹੀ ਹੈਗਾ ਅਤੇ ਉਹ ਐਂ ਪਤਾ ਲੱਗ ਜਾਂਦਾ ਹੈਗਾ ਵੀ ਦੋਨਾਂ ਪੰਜਾਬਾਂ ਵਿੱਚ ਪਿਆਰ ਹੈਗਾ ਹਜੇ ਵੀ, ਹੈ ਨਾ। ਸਤਿ ਸ਼੍ਰੀ ਅਕਾਲ ਜੀ, ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਮੈਂ ਤੁਹਾਡੇ ਨਾਲ ਨੂਰ ਪਚੋ। ਸੋ ਬਈ ਫਿਲਮ ਦੇਖਣ ਪਹੁੰਚੇ ਸੀ ਸ਼ਾਹਕੋਟ, ਗੁਰੂ ਰੰਧਾਵਾ ਦੀ ਕਹਿ ਲਈਏ ਕਿ ਪੰਜਾਬੀ ਪਹਿਲੀ ਫਿਲਮ ਹੈ, ਹਾਲਾਂਕਿ ਉਹਨਾਂ ਨੇ ਪਹਿਲਾਂ ਬਾਲੀਵੁੱਡ ਦੀ ਫਿਲਮ ਦੇ ਵਿੱਚ ਡੈਬਿਊ ਕਰ ਲਿਆ ਅਤੇ ਪੰਜਾਬ ਦੀ ਇਹ ਫਿਲਮ ਕਹਿ ਲਈਏ ਸਾਡੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀ ਇੱਕ ਲਵ ਸਟੋਰੀ ਇਹਨੂੰ ਕਹਿ ਸਕਦੇ ਹਾਂ। ਫਿਲਮ ਬਹੁਤ ਸੋਹਣੀ ਹੈਗੀ ਹੈ ਔਰ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ ਕਿ ਇਸ ਫਿਲਮ ਨੂੰ ਦੇਖ ਕੇ ਲੋਕ ਕਿੰਨਾ ਕੁ ਪਸੰਦ ਕਰ ਰਹੇ ਨੇ। ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ। ਸੋ ਫਿਲਮ ਸ਼ਾਹਕੋਟ ਦੇਖ ਕੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਾਂ ਕਿ ਫਿਲਮ ਕਿਵੇਂ ਲੱਗੀ। ਵੀਰ ਜੀ ਕਿਵੇਂ ਲੱਗੀ ਫਿਲਮ ਸ਼ਾਹਕੋਟ? ਸਹੀ ਲੱਗੀ। ਤੇ ਗੁਰੂ ਰੰਧਾਵਾ ਜੀ ਨੇ ਪੰਜਾਬ ਦੀ ਯਾਦ ਆ ਕਿ ਜਿਵੇਂ ਪਾਕਿਸਤਾਨ ਹੈ ਆਪਣਾ, ਉੱਥੇ ਕਿਸ ਤਰੀਕੇ ਦੀ ਮੂਵੀ ਆ? ਬਹੁਤ ਵਧੀਆ ਲੱਗਿਆ। ਠੀਕ ਹੈ। ਤੇ ਗੁਰੂ ਰੰਧਾਵਾ ਦੀ ਐਕਟਿੰਗ ਨੂੰ ਕਿਵੇਂ ਦੇਖਦੇ ਹੋ? ਉਹਨੇ ਦੇਸ਼ਾਂ ਨੂੰ ਵਧੀਆ ਇੱਕੋ ਜਿਹਾ ਬਹੁਤ ਵਧੀਆ ਲੱਗਿਆ। ਬਹੁਤ ਮੈਸੇਜ ਹੈਗਾ ਸ਼ਰਾਫਤ ਦਾ। ਬਹੁਤ ਵਧੀਆ, ਬਹੁਤ ਵਧੀਆ। ਸੋ ਫਿਲਮ ਦੇਖ ਕੇ ਆਏ ਨੇ, ਕਿਵੇਂ ਲੱਗੀ ਬੇਟਾ? ਬਹੁਤ ਵਧੀਆ। ਕਿੱਦਾਂ ਲੱਗੀ? ਕੀ ਸਿੱਖਿਆ ਫਿਲਮ? ਬਹੁਤ ਵਧੀਆ ਫਿਲਮ ਤੋਂ ਇਹੀ ਸਿੱਖਿਆ ਵੀ ਵਿੱਚ ਦੋਸਤੀ ਹੈ ਜਿਹੜੀ ਵੀ ਉਹ ਚੰਗੀ ਤਰ੍ਹਾਂ ਬਣੀ ਰਹਿੰਦੀ ਹੈ। ਜੇ ਉਹ ਛੁੱਟਦੀ ਆਪਾਂ ਨੂੰ ਦੁੱਖ ਬਹੁਤ, ਜਿਵੇਂ ਕਿ ਹੁਣ ਸ਼ਰਾਫਤ ਦੇ ਪਿਆਰ ਛੁੱਟ ਗਿਆ ਹੈ ਨਾ। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ? ਤੁਸੀਂ ਆਏ ਹੋਗੇ ਤੇ ਫਿਲਮ ਦੱਸੋ ਪਹਿਲਾਂ ਕਿਵੇਂ ਲੱਗੀ? ਠੀਕ, ਬਹੁਤ ਕਮਾਲ। ਪੰਜਾਬ ਆਪਣਾ ਦੇਖੇ ਨੀ, ਆਪਣੇ ਪੰਜਾਬ ਦੇ ਪਤਾ ਪਾਕਿਸਤਾਨ ਦਾ ਕੀ ਪਤਾ। ਲੜਾਈ ਝਗੜੇ ਵਾਲੀਆਂ ਮੂਵੀਜ਼ ਨੇ ਆਪਾਂ ਆਪਣੀ ਫੈਮਿਲੀ ਨਾਲ ਦੇਖ ਲਈ। ਮੂਵੀ ਦੇ ਨਾ ਜਿਹੜੇ ਡਾਇਲੋਗ ਬੜੀ ਗੋਜ਼ੀ ਜਿੱਦਾਂ ਬੜੀ ਕਾਫੀ ਟਾਈਮ ਬਾਅਦ ਇਹ ਵਾਲੇ ਡਾਇਲੋਗ ਅੱਛਾ ਲੱਗਾ। ਮੇਰੀ ਟੈਨਸ਼ਨ ਨਹੀਂ ਸੀ ਕਿ ਡਾਇਲੋਗ ਪਸੰਦ ਆ, ਟੈਨਸ਼ਨ ਨਹੀਂ ਸੀ ਜਿਹੜੇ ਸਟਾਰਟਿੰਗ ਦੇ ਸਾਰੇ ਡਾਇਲੋਗ ਸੀਗੇ ਪਿਓਰ ਪੰਜਾਬੀ, ਜਿਨ੍ਹਾਂ ਦਾ ਕਿ ਅੱਜ ਕੱਲ੍ਹ ਜਨਰੇਸ਼ਨ ਨੂੰ ਕੋਈ ਮੀਨਿੰਗ ਹੀ ਨਹੀਂ ਪਤਾ ਗਾ। ਨੰਬਰ 2 ਤੇ ਜਿਹੜੀ ਹੀਰੋਇਨ ਹੈ ਨਾ ਉਹਦੀ ਇੰਨੀ ਵਧੀਆ ਐਕਟਿੰਗ, ਇੰਨੇ ਵਧੀਆ ਉਹਦੇ ਮੂਵਮੈਂਟ, ਬਹੁਤ ਵਧੀਆ ਜੀ, ਬਹੁਤ ਵਧੀਆ। ਮੈਨੂੰ ਦੇਖਣ ਵਾਲੀ ਮੂਵੀ ਹੈ ਜੀ। ਹਾਂਜੀ ਬਿਲਕੁਲ। ਤੇ ਗੁਰੂ ਰੰਧਾਵਾ ਦੀ ਐਕਟਿੰਗ ਕਿੱਦਾਂ ਬਣਿਆ ਮੂਵੀ ਨੇ? ਬਹੁਤ ਵਧੀਆ, ਬਿਲਕੁਲ ਇਨੋਸੈਂਟ ਫੇਸ। ਬਿਲਕੁਲ, ਮੇਰੇ ਨਾਲ ਬਹੁਤ ਸੀਰੀਅਸ ਹੋ ਕੇ ਦੇਖਦੇ ਸੀ। ਕਿਵੇਂ ਲੱਗੀ ਫਿਲਮ? ਬਹੁਤ ਜ਼ਿਆਦਾ ਸੋਹਣੀ, ਉਹਦੇ ਵਿੱਚ ਮਤਲਬ ਕਿ ਨਾ ਐਵੇਂ ਖੜ ਮਿਲਦਾ ਵੀ ਆਪਣਾ ਦੂਸਰਾ ਪੰਜਾਬ ਵੀ ਉਹ ਵੀ ਆਪਣਾ ਹੀ ਹੈਗਾ ਤੇ ਉਹ ਐਂ ਪਤਾ ਲੱਗ ਜਾਂਦਾ ਹੈਗਾ ਵੀ ਦੋਨਾਂ ਪੰਜਾਬਾਂ ਵਿੱਚ ਪਿਆਰ ਹੈਗਾ ਹਜੇ ਵੀ, ਹੈ ਨਾ। ਵੀ ਇਮੋਸ਼ਨਸ ਜੁੜੀਆਂ ਹੋਈਆਂ ਕਿਵੇਂ ਦੋਨੋਂ, ਤੇ ਕਸ਼ਮੀਰੀ ਲੁੱਕ ਬਹੁਤ ਵਧੀਆ ਸੀਗੀ, ਐਂ ਲੱਗਿਆ ਜਿਵੇਂ ਅਸੀਂ ਉੱਥੇ ਬਹਿ ਕੇ ਬੈਠੇ ਹਾਂ ਬਸ। ਤੇ ਗੁਰੂ ਰੰਧਾਵਾ ਦੀ ਐਕਟਿੰਗ ਨੰਬਰ 1 ਸੀਗੀ, ਤਾਂ ਐਂ ਲੱਗ ਰਿਹਾ ਸੀ ਨਾ ਜਿਵੇਂ ਪਾਕਿਸਤਾਨ 'ਚ ਚਲੇ ਗਏ ਹੁੰਦੇ ਆ। ਹਾਂਜੀ, ਬਹੁਤ ਸੋਹਣੀ ਸੀ ਦਾ ਸੈਟਅਪ, ਬਹੁਤ ਸੋਹਣਾ ਸੀਗਾ। ਸੋ ਹਾਂਜੀ, ਬਹੁਤ ਅੱਛੀ ਹੈ। ਕਿਹੜੀ ਫਿਲਮ ਦੇਖ ਕੇ ਆਏ ਹੋ?
ਲਾਈਕ? ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ ਤੇ ਕੀ ਦੇਖਿਆ ਫਿਲਮ ਦੇ ਵਿੱਚ? ਸ਼ਾਹਕੋਟ ਦੀ ਜੇ ਮੈਂ ਗੱਲ ਕਰਾਂ, ਇੱਧਰ ਵਾਲਾ ਸ਼ਾਹਕੋਟ ਤਾਂ ਮੈਂ ਘੁੰਮਿਆ ਕਿਉਂਕਿ ਮੇਰੀ ਭੈਣ ਵਿਆਹੀ ਹੋਈ ਆ ਉੱਥੇ, ਤੇ ਅੱਜ ਮੈਨੂੰ ਉੱਧਰ ਵਾਲਾ ਸ਼ਾਹਕੋਟ ਵੇਖਣ ਨੂੰ ਮਿਲ ਗਿਆ, ਤੇ ਮੈਨੂੰ ਲੱਗਦਾ ਉੱਧਰ ਵਾਲਾ ਵੀ ਸ਼ਾਹਕੋਟ ਓਨਾ ਹੀ ਸੋਹਣਾ ਜਿੰਨਾ ਇੱਧਰ ਵਾਲਾ ਸੋਹਣਾ। ਤੇ ਜਿਹੜੇ ਇਹ ਜਿਹੜੀ ਮੂਵੀ ਹੈਗੀ ਆ ਸ਼ਾਹਕੋਟ ਦੇ ਵਿੱਚ, ਮਤਲਬ ਪਿਆਰ ਦੀ ਮੂਵੀ ਹੈਗੀ ਆ, ਹੈ ਨਾ, ਕਿੱਦਾਂ ਮਤਲਬ ਇੱਕ ਕਪਲ ਉਹ ਵਿਛੜਦਾ ਹੈਗਾ ਜਸਟ ਬਿਕੋਜ਼ ਉਹ ਸਰਹੱਦਾਂ ਕਰਕੇ, ਬਟ ਜਿਹੜੀਆਂ ਇਹ ਸਰਹੱਦਾਂ ਹੈਗੀਆਂ ਨੇ ਇਹ ਟੁੱਟ ਜਾਣੀਆਂ ਚਾਹੀਦੀਆਂ ਨੇ। ਈਵਨ ਕਿ ਇਕੱਲੇ ਜਿਹੜੇ ਕਪਲਸ ਦੀ ਗੱਲ ਨਹੀਂ ਹੈਗੀ, ਜਿਹੜੇ ਪੁਰਾਣੇ ਵਿਛੜੇ ਹੋਏ ਹੈਗੇ ਆ, ਉੱਧਰ ਦੀਆਂ ਰੂਹਾਂ ਉੱਧਰ ਆਉਣ ਨੂੰ ਤਰਸਦੀਆਂ, ਇੱਧਰ ਦੀਆਂ ਉੱਧਰ ਜਾਣ ਨੂੰ ਤਰਸਦੀਆਂ ਨੇ, ਤਾਂ ਮਤਲਬ ਇਹ ਸਮਝੌਤਾ ਕੁਛ ਨਾ ਕੁਛ ਹੋ ਜਾਣਾ ਚਾਹੀਦਾ, ਬਾਰਡਰ ਖੁੱਲ੍ਹ ਜਾਣੇ ਚਾਹੀਦੇ ਆ, ਲੜਾਈਆਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ, ਅਤੇ ਪਿਆਰ ਨੂੰ ਆਪਾਂ ਅੱਗੇ ਲੈ ਕੇ ਜਾਈਏ, ਜਾਂ ਕਿ ਨਫ਼ਰਤ ਨੂੰ। ਠੀਕ ਹੈ, ਗੁਰੂ ਰੰਧਾਵਾ ਦੀ ਕਹੀਏ ਤਾਂ ਪੰਜਾਬੀ ਪਹਿਲੀ ਫਿਲਮ ਸੀਗੀ, ਤਾਂ ਕਿਵੇਂ ਲੱਗੀ ਉਹਨਾਂ ਦੀ ਐਕਟਿੰਗ? ਵੈਸੇ ਤਾਂ ਤੁਸੀਂ ਉਹਨਾਂ ਦੀ ਗਾਇਕੀ ਨੂੰ ਸੁਣਿਆ ਹੈਗਾ, ਅਤੇ ਬਤੌਰ ਕਹਿ ਲਓ ਇਹਨਾਂ ਦੇ ਡੈਬਿਊ ਲਾ ਲਓ ਪੰਜਾਬੀ ਦੇ ਵਿੱਚ, ਤਾਂ ਕਿਵੇਂ ਲੱਗਿਆ? ਸਿੰਗਿੰਗ ਦੀ ਗੱਲ ਕਰੀਏ, ਉਹ ਤਾਂ ਬਾ ਕਮਾਲ ਆਲਰੇਡੀ ਹੈਗੀ ਹੈ, ਪੰਜਾਬੀ ਨਹੀਂ ਪੰਜਾਬ ਤੋਂ ਬਾਹਰ ਵਾਲੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੈ। ਅਤੇ ਜੇ ਗੱਲ ਕਰਾਂ ਐਕਟਿੰਗ ਦੀ, ਸੱਚੀ ਦੱਸਾਂ ਤਾਂ ਮੈਨੂੰ ਇੰਨੀ ਉਮੀਦ ਹੈ ਨਹੀਂ ਸੀਗੀ ਵੀ, ਮਤਲਬ ਜਿਹੜੇ ਆਲਮੋਸਟ ਸਿੰਗਿੰਗ ਵਾਲੇ ਹੁੰਦੇ ਹੈਗੇ ਆ, ਤਾਂ ਮਤਲਬ ਵੀ ਆਪਾਂ ਹੀ ਕਹਿੰਦੇ ਹੁੰਦੇ ਵੀ ਉੱਧਰ ਹੀ ਸਹੀ ਰਹਿਣ ਤੋਂ ਵੀ ਮਤਲਬ ਵਧੀਆ ਹੈਗਾ, ਬਟ ਉਹਨਾਂ ਦੀ ਬਾ ਕਮਾਲ ਐਕਟਿੰਗ ਸੀ, ਲੱਗਦਾ ਨਹੀਂ ਸੀ ਵੀ ਉਹਨਾਂ ਦੀ ਡੈਬਿਊ ਮੂਵੀ ਹੈਗੀ ਆ, ਲੱਗ ਰਿਹਾ ਸੀ ਮਤਲਬ ਪਹਿਲਾਂ ਹੀ ਬਹੁਤ ਐਕਸਪੀਰੀਅੰਸਡ ਹੈਗੇ ਆ, ਅਤੇ ਨਾਲ ਜੀ ਆਪਣੇ ਜਿਹੜੇ ਦੂਸਰੇ ਐਕਟਰ ਸੀਗੇ, ਹੈ ਨਾ, ਅਤੇ ਉਹਨਾਂ ਦੇ ਵੀ ਜਿਹੜੇ ਦੋਸਤ ਸੀਗੇ ਉਹਨਾਂ ਨੇ ਵੀ ਕਮਾਲ ਦੀ ਐਕਟਿੰਗ ਕੀਤੀ ਹੈ, ਉਹ ਤਾਂ ਫਿਰ ਹਮੇਸ਼ਾ ਵਾਟੀ ਕੱਢਦੇ ਹੁੰਦੇ ਹੈਗੇ, ਅਤੇ ਉਹਨਾਂ ਦੀ ਵੀ ਤਾਰੀਫ ਕਰਨਾ ਬਣਦਾ ਵੀ ਸਾਰੇ ਜਿਹੜੇ ਐਕਟਰ ਹੈਗੇ ਉਹਨਾਂ ਨੇ ਬਾ ਕਮਾਲ ਦੀ ਐਕਟਿੰਗ ਕੀਤੀ ਹੈਗੀ ਹੈ, ਨੈਚੁਰਲ ਲੱਗਦੀ ਸੀ ਬਿਲਕੁਲ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਾਕੀ ਇਸ ਮੂਵੀ ਵਿੱਚ ਨਾ ਇੱਕ ਮਾਈਗ੍ਰੇਸ਼ਨ, ਜਿਸ ਤਰੀਕੇ ਨਾਲ ਅੱਜ ਕੱਲ੍ਹ ਦੇ ਬੱਚੇ ਬਾਹਰ ਨੂੰ ਭੱਜ ਰਹੇ ਆ, ਉਸ ਚੀਜ਼ ਦਾ ਵੀ ਇਹਨਾਂ ਨੇ ਕੰਸੈਪਟ ਨੂੰ ਚੱਕਿਆ, ਤਾਂ ਉਸ ਚੀਜ਼ ਦਾ ਦਿਖਾਇਆ ਵੀ ਜੋ ਆਪਣੇ ਦੇਸ਼ 'ਚ ਆਪਾਂ ਰਹਿ ਕੇ ਕਮਾ ਸਕਦੇ ਹਾਂ, ਜੋ ਆਪਣੇ ਦੇਸ਼ ਦੀ ਫੀਲ ਆ ਉਹ ਕਿਸੇ ਵੀ ਨਹੀਂ ਆ। ਬਾਕੀ ਆ ਹੋਰ ਆਡੀਅੰਸ ਹੈ ਉਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ, ਮੇਰੇ ਦਿਲ 'ਚ ਜੋ ਸੀ ਮੈਂ ਕਹਿਤਾ ਗੁਰੂ ਰੰਧਾਵਾ ਰੌਕ, ਦਿਲ ਤਾਂ ਨਹੀਂ ਕਰ ਰਿਹਾ ਵੀ ਪਾਕਿਸਤਾਨ ਜਾ ਕੇ ਆਈਏ ਦੇਖ ਕੇ ਆਈਏ? ਨਹੀਂ, ਦਿਲ ਤਾਂ ਇਹੀ ਕਰ ਰਿਹਾ ਵੀ ਮੈਮ ਵੀ ਕਿੱਡਾ ਸੋਹਣਾ ਹੁੰਦੇ ਦੋਵੇਂ ਪੰਜਾਬ ਇਕੱਠੇ ਹੁੰਦੇ, ਹਾਂ ਵੀ ਇਹ ਗੱਲ ਹੀ ਨਾ ਬਣਦੀ। ਤੁਸੀਂ ਹੈਰਾਨ ਹੋਗੇ ਕਿ ਸ਼ਹਿਰਾਂ ਦੇ ਨਾਂ ਵੀ ਸੇਮ ਸੇਮ ਹੈ, ਸ਼ਾਹਕੋਟ ਉੱਧਰ, ਸ਼ਾਹਕੋਟ ਇੱਧਰ, ਕੋਈ ਬਹੁਤਾ ਫਰਕ ਨਹੀਂ ਹੈ, ਬਹੁਤ ਸਾਰੇ ਸ਼ਹਿਰ। ਹਾਂ, ਕਈ ਸ਼ਹਿਰ ਆਪਣੇ ਸੇਮ ਹੈ, ਜਲਾਲਾਬਾਦ ਇੱਧਰ ਵੀ ਹੈ, ਜਲਾਲਾਬਾਦ ਉੱਧਰ ਵੀ ਹੈ, ਉੱਧਰ ਵੀ ਫਰੀਦਕੋਟ ਹੈਗਾ। ਈਵਨਲੀ ਪੰਜਾਬ ਅਤੇ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਕਾਫੀ ਸ਼ਹਿਰਾਂ ਦੇ ਨਾਂ ਇੱਕੋ ਜਿਹੇ ਆ, ਲੋਕਾਂ ਦੇ ਨਾਂ ਇੱਕੋ ਜਿਹੇ ਆ, ਠੀਕ ਹੈ ਨਾ। ਇਕਬਾਲ ਇੱਧਰ ਵੀ ਰਹਿੰਦਾ, ਇਕਬਾਲ ਉੱਧਰ ਵੀ ਰਹਿੰਦਾ, ਸਿੰਘ ਇੱਧਰ ਵੀ ਰਹਿ ਰਿਹਾ, ਸਿੰਘ ਉੱਧਰ ਵੀ ਰਹਿ ਰਿਹਾ, ਹਰੇਕ ਇਹ ਇੱਕੋ ਹੀ ਜਾਏ ਸੀਗੇ, ਬਸ ਕੁਛ ਸਮੇਂ ਦੀ ਤਕਰੀਰ ਆ ਗਈ, ਉਸ ਕਰਕੇ ਹੋ ਗਿਆ। ਬਹੁਤ ਵਧੀਆ, ਮਤਲਬ ਬਹੁਤ ਵਧੀਆ ਵਿਊ ਆ ਗਏ, ਕੋਈ ਨੈਗੇਟਿਵ ਵਿਊ ਨਹੀਂ, ਮਤਲਬ ਜਿਹੜੇ ਪਾਸੇ ਵੇਖੀਏ ਹਰੇਕ ਪਾਸੇ ਪੋਜ਼ਿਟਿਵ ਵਿਊ ਹੀ ਮਿਲਦੇ, ਜਿਵੇਂ ਦਿਲਾਂ 'ਚ ਪਿਆਰ ਸ਼ੋਅ ਕੀਤਾ ਉਹਨਾਂ ਨੇ, ਜਿਵੇਂ ਕਿ ਇੱਕ ਲਹਿੰਦਾ ਪੰਜਾਬ ਸ਼ੋਅ ਕੀਤਾ, ਇੱਕ ਚੜ੍ਹਦਾ ਪੰਜਾਬ ਸ਼ੋਅ ਕੀਤਾ, ਉਹਦੇ 'ਚ ਆਪਣੇ ਨੂੰ ਐਂ ਹੈ ਨਹੀਂ ਵੀ ਇੱਕ ਸਿਰਫ ਇੱਕ ਬਾਰਡਰ ਨੇ ਆਪਣੇ ਨੂੰ ਸੈਪਰੇਟ ਕੀਤਾ ਹੋਇਆ, ਪਰ ਪਿਆਰ ਤਾਂ ਦਿਲਾਂ ਵਿੱਚ ਉਹੀ ਹੈ ਨਾ। ਕਈ ਰਿਸ਼ਤੇਦਾਰ ਜਿਵੇਂ ਕਿ ਆਪਣੇ ਇੱਧਰ ਰਹਿੰਦੇ ਆ, ਕਈ ਉੱਧਰ ਰਹਿੰਦੇ ਆ, ਬਟ ਹੈ ਤਾਂ ਮਤਲਬ ਆਪਣੇ ਦਿਲਾਂ ਵਾਲਾ ਪਿਆਰ ਹੀ ਨਾ। ਦਿਲਾਂ ਦੀ ਦੂਰੀ ਹੋ ਸਕਦੀ ਪਰ ਦਿਲਾਂ ਦੀ ਦੂਰੀ ਨਹੀਂ ਹੁੰਦੀ। ਨਹੀਂ ਹੋ ਸਕਦਾ। ਅੱਛਾ, ਗੁਰੂ ਰੰਧਾਵਾ ਦੀ ਐਕਟਿੰਗ ਨੂੰ ਕਿਵੇਂ ਦੇਖਦੇ ਹੋ, ਕਿਵੇਂ ਲੱਗੀ? ਜਿਵੇਂ ਕਿ ਸਾਰੇ ਕਹਿ ਰਹੇ ਆ ਵੀ ਇੰਨੀ ਮਤਲਬ ਉਹ ਹੈ ਨਹੀਂ ਸੀ, ਮਤਲਬ ਉਮੀਦ ਹੈ ਨਹੀਂ ਸੀਗੀ ਵੀ, ਜਿਵੇਂ ਕਿ ਉਹ ਸਿੰਗਿੰਗ 'ਚ ਬਹੁਤ ਵਧੀਆ, ਬਟ ਉਹਨਾਂ ਦੀ ਐਕਟਿੰਗ ਆਪਾਂ ਕਦੇ ਵੇਖੀ ਨਹੀਂ ਸੀ। ਜਿਵੇਂ ਅੱਜ ਮੂਵੀ, ਇਹ ਮੂਵੀ ਪ੍ਰੂਵ ਕਰਦੀ ਹੈ ਕਿ ਉਹ ਇੱਕ ਵਧੀਆ ਐਕਟਰ ਵੀ ਹੈ ਸਿੰਗਰ ਹੋਣ ਦੇ ਨਾਲ ਨਾਲ। ਬਹੁਤ ਵਧੀਆ ਲੱਗਿਆ ਮਤਲਬ ਉਹਨਾਂ ਨੂੰ ਵੇਖ ਕੇ, ਅਤੇ ਸਿੰਗਿੰਗ ਤਾਂ ਉਹਨਾਂ ਦੀ ਹੈ ਹੀ ਵਧੀਆ, ਅਤੇ ਅੱਜ ਐਕਟਿੰਗ ਵੇਖ ਕੇ ਵੀ ਐਂ ਹੋ ਗਿਆ ਵੀ ਹਾਂ ਬਹੁਤ ਵਧੀਆ। ਡਾਇਲੋਗ ਕਿਹੜਾ ਸੋਹਣਾ ਲੱਗਿਆ ਫਿਲਮ ਦੇ ਵਿੱਚ? ਕੋਈ ਡਾਇਲੋਗ ਹੁੰਦੇ ਨਾ ਜਿਹੜੇ ਦਿਲ ਨੂੰ ਲੱਗ ਜਾਂਦੇ, ਕੋਈ ਯਾਦ ਹੋਵੇ ਕੋਈ ਡਾਇਲੋਗ? ਲੰਡਾ ਬੰਦਰ, ਮੈਂ ਉਹੀ ਉਮੀਦ 'ਚ ਸੀਗੀ ਤੁਸੀਂ
ਪਰ ਇਸ ਵਿੱਚ ਨਾ ਜਿਵੇਂ ਆਪਣੇ ਇੱਥੇ ਇੰਡੀਆ 'ਚ ਪੋਸਟਰ ਇਹਨਾਂ ਪਾੜੇ ਗਏ ਪਰ ਉਸ ਤਰ੍ਹਾਂ ਦਾ ਕੋਈ ਵੀ ਸੀਨ ਨਹੀਂ ਸੀਗਾ ਲੋਕਾਂ ਦੇ ਦਿਮਾਗ 'ਚ ਪਤਾ ਨਹੀਂ ਕਿਉਂ ਇਹ ਬਿਠਾਤਾ ਵੀ ਗਲਤ ਆ ਫਿਲਮ ਪਰ ਜਿਹੜਾ ਫਿਲਮ ਵੇਖੂਗਾ ਸਹੀ ਕਹੂਗਾ ਜਿਸ ਹਿਸਾਬ ਨਾਲ ਲੋਕਾਂ ਨੂੰ ਚਾਅ ਸੀਗਾ ਫਿਲਮ ਦਾ ਪਰ ਕੁਛ ਨੈਗੇਟਿਵਿਟੀ ਵੱਲ ਆਪਣੇ ਲੋਕਾਂ ਨੇ ਫੈਲਾਈਆਂ ਵੀ ਇਹ ਫਿਲਮ ਵਧੀਆ ਨਹੀਂ ਹੈਗੀ ਹਿੰਦੁਸਤਾਨ ਪਾਕਿਸਤਾਨ ਜਿੰਦਾਬਾਦ ਕਰ ਰਿਹਾ ਪਰ ਮੈਂ ਸਾਰੀ ਫਿਲਮ 'ਚ ਇਹੀ ਵੇਟ ਕਰੀ ਗਿਆ ਇਹ ਸੀਨ ਕਿੱਥੇ ਹੈਗਾ ਇਸ ਤਰ੍ਹਾਂ ਦਾ ਕੋਈ ਵੀ ਸੀਨ ਨਹੀਂ ਸੀਗਾ ਵੀ ਜਿਸ ਕਰਕੇ ਉਹਦੀ ਫਿਲਮ ਦੇ ਪੋਸਟਰ ਪਾੜੇ ਗਏ ਇਹ ਗਲਤ ਹੋਇਆ ਵੀ ਉਹਦੀ ਪਹਿਲੀ ਫਿਲਮ ਸੀ ਉਹਦਾ ਆਪਾਂ ਨੂੰ ਕਰਨਾ ਚਾਹੀਦਾ ਸੀਗਾ ਵੀ ਇਹਨੂੰ ਉਤਸ਼ਾਹ ਦੇਣਾ ਚਾਹੀਦਾ ਜੀ ਉਹਦੀ ਨੈਗੇਟਿਵਿਟੀ ਫੈਲਾਈ ਆਪਣੇ ਬੰਦੇ ਇਹ ਬਹੁਤ ਗਲਤ ਹੋਇਆ ਪਰ ਫਿਲਮ ਜਿਹੜੇ ਨਹੀਂ ਵੇਖੀ ਇੱਕ ਵਾਰੀ ਜ਼ਰੂਰ ਵੇਖੇ ਬਹੁਤ ਸੋਹਣੀ ਫਿਲਮ ਹੈ ਫਿਲਮ 'ਚ ਉੱਠਣ ਨੂੰ ਮਤਲਬ ਜੀ ਨਹੀਂ ਕਰੀ ਜਾਂਦਾ ਸੀਗਾ ਵੀ ਮਤਲਬ ਇੰਨਾ ਪਿਆਰ ਵੱਧ ਗਿਆ ਸੀ ਫਿਲਮ ਵੇਖਣ ਨਾਲ ਕਹਿੰਦਾ ਦਿਲ ਨਹੀਂ ਸੀ ਕਰਦਾ ਵੀ ਉੱਠ ਕੇ ਇੰਟਰਵਲ 'ਚ ਤਾਂ ਨਹੀਂ ਉੱਠ ਕੇ ਗਏ ਤੁਸੀਂ ਬਾਹਰ ਜੀ ਨਹੀਂ ਕਰਦਾ ਸੀ ਪਰ ਆਉਣਾ ਵੀ ਵੇਟ ਕਰੀ ਗਏ ਵੀ ਫਿਲਮ ਖਤਮ ਹੋ ਗਈ ਹੋਰ ਆਊਗੀ ਪਰ ਅਸੀਂ ਬੈਠੇ ਰਹੇ ਪਰ ਉਹ ਜੋ ਨੰਬਰਿੰਗ ਸ਼ੁਰੂ ਹੋ ਗਈ ਫਿਰ ਹੀ ਉੱਠ ਕੇ ਆਏ ਅਸੀਂ ਸਾਨੂੰ ਲੱਗਿਆ ਪਤਾ ਨਹੀਂ ਮੂਵੀ ਕਿੰਨੀ ਕੁ ਲੌਂਗ ਚੱਲੂਗੀ ਕਿੰਨਾ ਪਰ ਪਤਾ ਨਹੀਂ ਲੱਗਿਆ ਕਦੋਂ ਖਤਮ ਹੋ ਗਈ ਮਤਲਬ ਇੰਨੀ ਵਧੀਆ ਸੀ ਇੱਕ ਵਾਰੀ ਜ਼ਰੂਰ ਦੇਖਣੀ ਚਾਹੀਦੀ ਹੈ ਬਹੁਤ ਸੋਹਣੀ ਫਿਲਮ ਸੀ